अस्सलाम वालेकुम जी। ए माशाल्लाह जी, साड़ा फ्रंट ब्लेड तैयार हो गया ते नेरा तो बड़ा पई गया। बहरहाल तुसों की कल पूरी तफसील वीडियो देसा कि असं किस तरह तैयार किया, जड़ी चीज़ा बकाया रही गई सियाँ ते हूँ असं इसकी ए लोड कर लिया जी गड्डी विच। ए डाला खलता वा इसी लोड कर सा नाल ना से दसा फिर गया जी इसकी गड्डी च रखने हैं। बिल्कुल चाहिए चाहिए क्या खन्ना त्रोड़े ना रखो थले वैस जोर ला बस अगे कोई चीज रखो पैकिंग वाली। लोड किया ट्रैक्टर लैना सी सौखा लोड हो जाना सी नाले तो वैसे कस्ते होना ये गड्डी वैसे लोड हो रही है जी गड्डी तो है नहीं ना नहीं नहीं फिर भी बहुत वजन है बड़ी मार है इसने टायर तक ना इसे कुदर गए ये पिछु गड्डी पूरी बह गई ए महकमे वाले को लानी ने गड्डी इथे लोड गड्डी है इसका नहीं मसला छसला दो दिन अस लगे रहे दिन ट्रैक्टर अपना कम करना पे ना हल्ला रो इसकी दो सही रखा है ਇਹ ਜਿਹੜੀ ਅਸਾਂ ਡਬਲੋ ਰੱਖੀ ਇਸ ਸਮਾਂ ਲੋਡਰ ਰੱਖੀ ਨਾ ਅਸਾਂ ਜ਼ਿੰਮੇਦਾਰ ਲੋਕ ਹੈ ਜ਼ਿੰਮੇਦਾਰ ਬੰਦੇ ਕੀ ਹਮੇਸ਼ਾ ਉਸ ਤਰ੍ਹਾਂ ਦੀ ਗੱਡੀ ਰੱਖਣੀ ਚਾਹੀਦੀ ਨਾ ਤੇ ਬਾਜ਼ਾਰਾਂ ਇੱਛਾ ਤੇ ਬਾਜ਼ਾਰਾਂ ਨਾਲ ਕੰਮ ਕਰਨੀ ਡਬਲੋ ਰਹੀ ਤੇ ਜਦੋਂ ਤੁਸੀਂ ਆਪਣਾ ਘਰਾਂ ਜ਼ਿੰਮੇਦਾਰਾਂ ਕਰ ਰਹੇ ਹੋ ਉਸੇ ਚੀਜ਼ ਤੁਹਾਨੂੰ ਸਾਥ ਦੇਣੀ ਕਾਬੂ ਤੁਹਾਨੂੰ ਟੱਕੂ ਫਸੀ ਜਾ ਤਾਂ ਵੀ ਤੁਹਾਨੂੰ ਇਸਕੀ ਈਜ਼ੀਲੀ ਕੱਢੀ ਸਕਦੇ 4x4 ਹੈ ਹਾਂ 4x4 ਹੀ ਨਾ ਲੋਡਰ ਹੀ ਹੈ ਠੀਕ ਕੋਈ ਸਪੀਡ ਰੇਕ ਨਹੀਂ ਲੋਡਰ ਤੇ ਅਸਾਂ ਫਿਰ ਇਸ ਮੈਂ ਰੱਖੀ ਗਈ ਚਲੋ ਇਹ ਅਸਾਂ ਹੀ ਫਾਇਦਾ ਆ ਨਾ ਹੁਣ ਦੋ ਤੇੜੇ ਸਾਈਡ ਟਰੱਕਟਾਂ ਨਾਲ ਭੱਜੀ ਜਾਣਾ ਨਾ ਜਿਆ ਪਲੱਸ ਉਹਨੂੰ ਜ਼ਿਆਦਾ ਖਰਚ ਗਿਆ ਜਿਆ ਕਿ ਆ ਕੇ ਉਹ ਦੋ ਦਿਨ ਤੱਕ ਕੱਟਾ ਰਿਹਾ ਤੇ ਗੱਡੀ ਦਾ ਵੈਸੇ ਬੰਦਾ ਅੰਨਾ ਯਾਰ ਬਾਜ਼ਾਰ ਤੇ ਗੱਡੀ ਵਿੱਚ ਨਹੀਂ ਆ ਤੇ ਟਰੱਕਟਰ ਆਪਣਾ ਕੰਮ ਕਰਨਾ ਦੋ ਦਿਨ ਸਾ ਆਪਣਾ ਠੀਕ ਠਾਕ ਕੰਮ ਕਰੀ ਛੜਿਆ ਠੀਕ ਠੀਕ ਹੈ ਅੱਧਾ ਬਾਰਸ਼ ਹੈ ਨਾ ਬਾਰਸ਼ ਹੀ ਫਿਰ ਉਹ ਅਗਰ ਇਧਰ ਬੀਜ਼ੀ ਕਰੀ ਛੜਿਆ ਤਾਂ ਸਾਡਾ ਉਹ ਕੰਮ ਰਹਿ ਜਾਇਆ ਜਿਆ ਕੋਈ ਪਰਵਾਹ ਨਹੀਂ ਤੱਕ ਆਪਾਂ ਮਜ਼ੇ ਨਾਲ ਆ Thank you.